ਅਤੇ ਬਾਕੀ ਵੀ ਥੋੜ੍ਹਾ ਜਿਹਾ ਕੰਟਰੀ ਦੇ ਵਿੱਚ ਡਰ ਦਾ ਮਾਹੌਲ ਤਾਂ ਹੈ ਕਿਉਂਕਿ ਸਰ ਸਾਰੇ ਉੱਥੇ ਯੂਕਰੇਨ ਜਿਹੜੇ ਲੋਕਲਸ ਨੇ ਉਹ ਵੀ ਕਾਫੀ ਡਰੇ ਹੋਏ ਨੇ ਸਰ ਫਸੇ ਹੋਏ ਆ ਕੀ ਵਾਰ ਜ਼ੋਨ ਏਰੀਆ ਦੇ ਵਿੱਚ ਕੀਵ ਖਾਰਕੀਵ ਸਰ ਉਹਨਾਂ ਵਾਸਤੇ ਕਾਫੀ ਡਿਫੀਕਲਟ ਸਿਚੁਏਸ਼ਨ ਆ ਕਿਉਂਕਿ ਉਹ ਮੈਟਰੋ ਸਟੇਸ਼ਨ ਦੇ ਵਿੱਚ ਜਾਂ ਬੰਕਰਸ ਦੇ ਵਿੱਚ ਨੀਚੇ ਲੋਕ ਉਹ ਬੈਠੇ ਹੋਏ ਨੇ ਅਤੇ ਉਹਨਾਂ ਵਾਸਤੇ ਸਿਚੁਏਸ਼ਨ ਕਾਫੀ ਡਿਫੀਕਲਟ ਹੋਈ ਵੀ ਹੈ ਕਿਉਂਕਿ ਉੱਥੇ ਫੂਡ ਦੀ ਪ੍ਰੋਬਲਮ ਵੀ ਆ ਰਹੀ ਹੈ ਉਹਨਾਂ ਨੂੰ ਅਤੇ ਇੰਡੀਅਨ ਐਮਬੈਸੀ ਨੂੰ ਫਿਰ ਉਹੀ ਕਹਾਂਗੇ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਵੈਕੂਏਟ ਕੀਤਾ ਜਾਵੇ ਉਹ ਕਿਉਂਕਿ ਬਿਲਕੁਲ ਵੀ ਸੇਫ ਨਹੀਂ ਹੈਗੇ ਕਿ ਉੱਥੇ ਤਾਂ ਵਾਰ ਕਦੇ ਵੀ ਕਿਸ ਵੇਲੇ ਵੀ ਕਿੱਧਰ ਵੀ ਵੱਧ ਸਕਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਇਸ ਗੱਲ ਦੀ ਕਿਉਂਕਿ ਹਮੇਸ਼ਾ ਹੀ ਮਤਲਬ ਇਸ ਗੱਲ 'ਤੇ ਮਨ 'ਤੇ ਬੋਝ ਪਿਆ ਰਹਿੰਦਾ ਸੀ ਵੀ ਕਦੋਂ ਆਪਣੇ ਦੋਹਾਂ ਮੇਰਾ ਹੈਗਾ ਘਰ ਆਊਗਾ ਉਹ ਆ ਗਿਆ ਦੇਖ ਲਿਆ ਅਤੇ ਨਾਲ ਹੀ ਮੈਂ ਇੱਕ ਬਾਹਰ ਜਿਹੜੇ ਬੱਚੇ ਬੈਠੇ ਹੈ ਉਹਨਾਂ ਨੂੰ -0 ਦੇ ਉੱਥੇ ਕਰੀਬ ਦੂਜੇ ਨਾਲ ਕਿਤੇ ਵਾਤਾਵਰਨ ਹੈ ਉਹਨਾਂ ਦੇ ਠੰਡ ਵਿੱਚ ਠਰੂ ਠਰੂ ਉਹ ਕਰ ਰਹੇ ਹੈ ਉੱਥੋਂ ਦੀਆਂ ਵੈਸੀਆਂ ਵੀ ਹਿੰਦੁਸਤਾਨ ਦੀ ਜਿਹੜੀ ਹੈਗੀ ਹੈ ਉਹ ਸੋਚ ਨਹੀਂ ਰਹੀ ਵੀ ਅਸੀਂ ਕਿਹੜੇ ਪਾਸੇ ਵੱਲ ਨੂੰ ਗੱਲ ਲੈ ਕੇ ਜਾ ਰਹੇ ਹਾਂ ਕਾਰਪੋਰੇਟ ਘਰਾਣਿਆਂ ਦੇ ਹੈ ਉਹਨਾਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਬਾਕੀ ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਨੂੰ ਮਜਬੂਰ ਹੋ ਕੇ ਬਾਹਰ ਆਪਣੇ ਜਾ ਕੇ ਪੜ੍ਹਨਾ ਜਾ ਰਿਹਾ ਹੈ ਜਿਸ ਤਰ੍ਹਾਂ ਮੇਰੇ ਦੋਹਤੇ ਨੂੰ ਉੱਥੇ ਜਾਣ ਕੇ ਆਪਣੇ ਪੜ੍ਹਨਾ ਪਿਆ ਯੂਕਰੇਨ ਅਤੇ ਰੂਸ ਦੇ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਉੱਥੋਂ ਦਾ ਮਾਹੌਲ ਬਹੁਤ ਹੀ ਜ਼ਿਆਦਾ ਤਣਾਅਪੂਰਨ ਹੋਇਆ ਪਿਆ ਇਸ ਜੰਗ ਦੇ ਵਿੱਚ ਕਈਆਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਕਈ ਲੋਕ ਜ਼ਖਮੀ ਨੇ ਉੱਥੇ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੀ ਰਹਿਣਾ ਹੁਣ ਔਖਾ ਹੋ ਗਿਆ ਤੇ ਕਈ ਅੰਤਰਰਾਸ਼ਟਰੀ ਵਿਦਿਆਰਥੀ ਉੱਥੇ ਫਸੇ ਨੇ ਤੇ ਕਈ ਉੱਥੋਂ ਨਿਕਲ ਕੇ ਆਪਣੇ ਦੇਸ਼ ਪਰਤ ਆਏ ਨੇ ਪੰਜਾਬ ਦੇ ਮੋਗੇ ਦਾ ਰਹਿਣ ਵਾਲਾ ਜਸ਼ਨਪ੍ਰੀਤ ਯੂਕਰੇਨ ਤੋਂ ਵਾਪਿਸ ਸੁਰੱਖਿਅਤ ਆਪਣੇ ਘਰ ਪਹੁੰਚਿਆ ਜਸ਼ਨ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਉੱਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦਾ ਜੋ ਪ੍ਰੋਸੈਸ ਹੈ ਉਸ ਵਿੱਚ ਸਰਕਾਰ ਨੂੰ ਤੇਜ਼ੀ ਲਿਆਉਣੀ ਚਾਹੀਦੀ ਹੈ ਜਸ਼ਨ ਨੇ ਇਸ ਦੇ ਨਾਲ ਹੀ ਕਿਹਾ ਕਿ ਉੱਥੇ ਰਹਿ ਰਹੇ ਵਿਦਿਆਰਥੀਆਂ ਨੂੰ ਹੌਲੀ ਹੌਲੀ ਖਾਣ ਦੀ ਵੀ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ ਧੁੱਬਾ ਮਾਰ ਮਾਰ ਰੋਏ ਜਸ਼ਨ ਦੇ ਨਾਨਾ ਜੀ ਤੇ ਉਹਨਾਂ ਨੇ ਜਿਸ ਦਿਨ ਦੀ ਜੰਗ ਛਿੜੀ ਹੈ ਉਸ ਦਿਨ ਤੋਂ ਹੀ ਉਹਨਾਂ ਦਾ ਘਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਤੇ ਉੱਥੇ ਮੌਜੂਦ ਜਸ਼ਨਦੀਪ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਤੁਸੀਂ ਆਪ ਸੁਣੋ ਸਰ ਯੂਕਰੇਨ ਦੇ ਵਿੱਚ ਜਿਹੜੀ ਸਾਡੀ ਸਿਟੀ ਆ ਉਹ ਤਾਂ ਹਜੇ ਤੱਕ ਠੀਕ ਚੱਲ ਰਹੀ ਆ ਬਟ ਜਿਹੜੇ ਕੈਪੀਟਲ ਸਿਟੀ ਆ ਜਿਵੇਂ ਕੀਵ ਆ ਉੱਥੇ ਸਿਚੁਏਸ਼ਨ ਕਾਫੀ ਪੈਨਿਕ ਹੋਈ ਵੀ ਆ ਉੱਥੇ ਕਿਉਂਕਿ ਬੌਂਬਿੰਗ ਹੋ ਰਹੀ ਆ ਫਾਇਰਿੰਗ ਹੋ ਰਹੀ ਆ ਅਤੇ ਉੱਥੇ ਜਿਹੜੇ ਸਟੂਡੈਂਟ ਸਟੱਕ ਕੀਤੇ ਹੋਏ ਨੇ ਉਹ ਕਾਫੀ ਡਰੇ ਹੋਏ ਨੇ ਅਤੇ ਬਾਕੀ ਵੀ ਥੋੜ੍ਹਾ ਜਿਹਾ ਕੰਟਰੀ ਦੇ ਵਿੱਚ ਡਰ ਦਾ ਮਾਹੌਲ ਤਾਂ ਹੈ ਕਿਉਂਕਿ ਸਰ ਸਾਰੇ ਉੱਥੇ ਯੂਕਰੇਨ ਜਿਹੜੇ ਲੋਕਲਸ ਨੇ ਉਹ ਵੀ ਕਾਫੀ ਡਰੇ ਹੋਏ ਨੇ ਅਤੇ ਬਾਕੀ ਸਾਡੀ ਸਿਟੀ ਵਾਲਾ ਹਜੇ ਸਿਚੁਏਸ਼ਨ ਥੋੜ੍ਹੀ ਜਿਹੀ ਘੱਟ ਹੋ ਸੀ ਕਿਉਂਕਿ ਉਹ ਵੈਸਟ ਸਾਈਡ 'ਤੇ ਆ ਅਤੇ ਉੱਥੇ ਇੰਨਾ ਵਾਰ ਉਹ ਵਾਰ ਜ਼ੋਨ ਦੇ ਵਿੱਚ ਨਹੀਂ ਆ ਰਿਹਾ ਹੈਗਾ ਅਤੇ ਇਸ ਕਰਕੇ ਉੱਥੇ ਥੋੜ੍ਹੇ ਸੇਫ ਫੀਲ ਕਰ ਰਹੇ ਸੀਗੇ ਬਟ ਡਰ ਤਾਂ ਸੀਗਾ ਹੀ ਇੱਕ ਅਤੇ ਬਟ ਅੱਜ ਵੈਕੂਏਟ ਹੋ ਕੇ ਆਏ ਤਾਂ ਥੋੜ੍ਹਾ ਰਿਲੈਕਸ ਫੀਲ ਕਰ ਰਹੇ ਹਾਂ ਹੋਰ ਵੀ ਤੁਹਾਡੇ ਨਾਲ ਸਟੂਡੈਂਟ ਜਿਹੜੇ ਇਸ ਤਰ੍ਹਾਂ ਦੇ ਵਿੱਚ ਉੱਥੇ ਫਸੇ ਹੋਏ ਹੈਗੇ ਹੈ ਕੀ ਕਰਾਂਗੇ ਜਿਹੜੇ ਸਰ ਫਸੇ ਹੋਏ ਆ ਕੀ ਵਾਰ ਜ਼ੋਨ ਏਰੀਆ ਦੇ ਵਿੱਚ ਕੀਵ ਖਾਰਕੀਵ ਸਰ ਉਹਨਾਂ ਵਾਸਤੇ ਕਾਫੀ ਡਿਫੀਕਲਟ ਸਿਚੁਏਸ਼ਨ ਆ ਕਿਉਂਕਿ ਉਹ ਮੈਟਰੋ ਸਟੇਸ਼ਨਸ ਦੇ ਵਿੱਚ ਜਾਂ ਬੰਕਰਸ ਦੇ ਵਿੱਚ ਨੀਚੇ ਲੋਕ ਉਹ ਬੈਠੇ ਹੋਏ ਨੇ ਅਤੇ ਉਹਨਾਂ ਵਾਸਤੇ ਸਿਚੁਏਸ਼ਨ ਕਾਫੀ ਡਿਫੀਕਲਟ ਹੋਈ ਵੀ ਹੈ ਕਿਉਂਕਿ ਉੱਥੇ ਫੂਡ ਦੀ ਪ੍ਰੋਬਲਮ ਵੀ ਆ ਰਹੀ ਹੈ ਉਹਨਾਂ ਨੂੰ ਅਤੇ ਉਹਨਾਂ ਨੂੰ ਹੋਰ ਵੀ ਕੁਛ ਨਹੀਂ ਸਾਡੇ ਮੇਰੇ ਕਲਾਸਮੇਟਸ ਕਾਫੀ ਉੱਥੇ ਸਟੱਕ ਕੀਤੇ ਹੋਏ ਨੇ ਅਤੇ ਉਹੀ ਦੱਸ ਰਹੇ ਨੇ ਕਿ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕਾਫੀ ਅਤੇ ਇੰਡੀਅਨ ਐਮਬੈਸੀ ਨੂੰ ਫਿਰ ਉਹੀ ਕਹਾਂਗੇ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਵੈਕੂਏਟ ਕੀਤਾ ਜਾਵੇ ਉਹ ਕਿਉਂਕਿ ਬਿਲਕੁਲ ਵੀ ਸੇਫ ਨਹੀਂ ਹੈਗੇ ਕਿ ਉੱਥੇ ਤਾਂ ਵਾਰ ਕਦੇ ਵੀ ਕਿਸ ਵੇਲੇ ਵੀ ਕਿੱਧਰ ਵੀ ਵੱਧ ਸਕਦੀ ਹੈ ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਵੈਕੂਏਟ ਕੀਤਾ ਜਾਵੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਇਸ ਗੱਲ ਦੀ ਕਿਉਂਕਿ ਹਮੇਸ਼ਾ ਹੀ ਮਤਲਬ ਇਸ ਗੱਲ 'ਤੇ ਮਨ 'ਤੇ ਬੋਝ ਪਿਆ ਰਹਿੰਦਾ ਸੀ ਵੀ ਕਦੋਂ ਆਪਣੇ ਦੋਹਾਂ ਮੇਰਾ ਹੈਗਾ ਘਰ ਆਊਗਾ ਉਹ ਆ ਗਿਆ ਦੇਖ ਲਿਆ ਅਤੇ ਨਾਲ ਹੀ ਮੈਂ ਇੱਕ ਅਪੀਲ ਕਰਨਾ ਚਾਹੂੰਗਾ ਕਿ ਬਾਹਰ ਜਿਹੜੇ ਬੱਚੇ ਬੈਠੇ ਹੈ ਉਹਨਾਂ ਨੂੰ -0 ਦੇ ਉੱਥੇ ਕਰੀਬ ਦੂਜੇ ਨਾਲ ਕਿਤੇ ਵਾਤਾਵਰਨ ਹੈ ਉਹਨਾਂ ਦੇ ਠੰਡ ਵਿੱਚ ਠਰੂ ਠਰੂ ਉਹ ਕਰ ਰਹੇ ਹੈ ਉੱਥੋਂ ਦੀਆਂ ਵੈਸੀਆਂ ਵੀ ਹਿੰਦੁਸਤਾਨ ਦੀ ਜਿਹੜੀ ਹੈਗੀ ਹੈ ਉਹ ਸੋਚ ਨਹੀਂ ਰਹੀ ਵੀ ਅਸੀਂ ਕਿਹੜੇ ਪਾਸੇ ਵੱਲ ਨੂੰ ਗੱਲ ਲੈ ਕੇ ਜਾ ਰਹੇ ਹਾਂ ਜਿਹੜੀ ਮੇਰੇ ਕਹਿੰਦਾ ਮਤਲਬ ਇਹ ਹੈ ਬਈ ਜੋ ਮਤਲਬ ਕਾਰਪੋਰੇਟ ਘਰਾਣਿਆਂ ਦੇ ਹੈ ਉਹਨਾਂ ਦੇ ਬੱਚਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਬਾਕੀ ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਨੂੰ ਮਜਬੂਰ ਹੋ ਕੇ ਬਾਹਰ ਆਪਣੇ ਜਾ ਕੇ ਪੜ੍ਹਨਾ ਜਾ ਰਿਹਾ ਹੈ ਜਿਸ ਤਰ੍ਹਾਂ ਮੇਰੇ ਦੋਹਤੇ ਨੂੰ ਉੱਥੇ ਜਾਣ ਕੇ ਆਪਣੇ ਪੜ੍ਹਨਾ ਪਿਆ ਨਹੀਂ ਜੇਕਰ ਇੱਥੇ ਹੀ ਇਹਨਾਂ ਦੀ ਐਸੇ ਹੀ ਮਤਲਬ ਦੂਜੇ ਨਾਲ ਦੇ ਹਾਲਾਤ ਦੇ ਤੌਰ 'ਤੇ ਇਹਨਾਂ ਨੂੰ ਦੇਖ ਕੇ ਕਿ ਇਹਨਾਂ ਨੇ ਇੰਨੇ ਨੰਬਰ ਲਏ ਹੈ ਉਹ ਨੰਬਰਾਂ ਦੇ ਹਿਸਾਬ ਦੇ ਨਾਲ ਜੇਕਰ ਇਹਨਾਂ ਨੂੰ ਇੱਥੇ ਐਡਜਸਟ ਕੀਤਾ ਜਾਂਦਾ ਇਹਨਾਂ ਨੂੰ ਬਾਹਰ ਜਾਣ ਦੀ ਕੀ ਲੋੜ ਸੀ ਦੇਖੋ ਜੀ ਬੱਚਾ ਘਰ ਆਇਆ ਵਾ ਅਤੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੰਨੀ ਦੇਰ ਉੱਧਰ ਸੀਗਾ ਉਹ ਤਾਂ ਸਾਡਾ ਮਨ ਬਸ ਸਮਝੋ ਵੀ ਸਾਨੂੰ ਤਾਂ ਰੋਟੀ ਵੀ ਸਵਾਦ ਨਹੀਂ ਲੱਗਦੀ ਹੁੰਦੀ ਸੀ ਬੜੀ ਮੁਸ਼ਕਲ ਨਾਲ ਇੱਥੇ ਸਾਡੇ ਕੋਲ ਪਹੁੰਚਿਆ ਵਾ ਸਾਡਾ ਮਨ ਅੱਜ ਹੁਣ ਥੋੜ੍ਹੀ ਜਾ ਕੇ ਤਸੱਲੀ ਹੋਈ ਹੈ ਮਨ ਨੂੰ ਵੀ ਬੇਟਾ ਘਰ ਆ ਗਿਆ ਵਾ ਬਾਕੀ ਤਾਂ ਅਸੀਂ ਭਾਰਤ ਸਰਕਾਰ ਨੂੰ ਵਿਦਿਆਰਥੀ ਜਿਹੜੇ ਫਸੇ ਹੋਏ ਆ ਉਹੀ ਮੈਂ ਕਹਿਣ ਲੱਗਾ ਸੀਗਾ ਵੀ ਇੰਡੀਅਨ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਉੱਧਰ ਬੱਚੇ ਫਸੇ ਹੋਏ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੂੰ ਵੀ ਕੱਢਿਆ ਜਾਵੇ ਜਲਦੀ ਤੋਂ ਜਲਦੀ
जिन्ना भी प्रोसीजर तेज़ हो सकता तेज़ किया जाए बच्चों कढ़न का, जिनी जल्दी बच्चे इधर आ जाए उन्ना ही चंगा वा। वो तो बहुत कई बच्चे तो बड़ी बुरी हालत है जो की वाली साइड से फसे हुए ना। हाँ जी, जशन यूक्रेन तो वापस आया, सानू इस गल की बहुत ज़्यादा खुशी है भी साडा बेटा जिहड़ा हैगा अज घर पहुँच गया। पर मेरी भारत सरकार को यह अपील है कि जो बच्चे उत्थे भी बैठे है उन्होंने जल्दी तो जल्दी जो है बाहर कढ़िया जाए ता कि वह बच्चे भी सेफली अपने घर जोड़े है पहुँच सकन। असी भी इंडिया एम्बैसी का इंडियन गवर्नमेंट का थैंक यू करते हैं भी साडा बच्चा जोड़ा है सेफली घर आ गया, पर जोड़े बच्चे उत्थे बैठे हैं उन्होंने भी जल्दी तो जल्दी जोड़ा है उन्होंने सुरक्षित इतने घर पहुँचाया जाना चाहिए। मोगे तो भजन लाल बब्बू की रिपोर्ट, पब्लिक टाइम्स।